ਦਿਹਾੜੀ ਰੋਜ਼ ਦਿਹਾੜੀ ਹੋਇਆ ਕਦੇ ਖਦਾਈ ਰੋਜ਼ ਦਿਹਾੜੀ ਕੋਲ ਮੇਰੇ ਬੂਹੇ ਦੇ ਗਾੜੀ ਕੂੜਾ ਸੁੱਟ ਜਾਂਦੀ ਆ ਹੈ ਵੇਖ ਕਿੱਡਾ ਢੇਰ ਲਾਇਆ ਕੂੜੇ ਦਾ ਆਹੋ ਤੇ ਬੁਰਾ ਲੱਗਦਾ ਵਾ ਆਹੋ ਜਾ ਮੁੰਡਿਆ ਜੋ ਸਰਪੰਚ ਨੂੰ ਤੇ ਬੁਲਾ ਕੇ ਲਿਆ ਨਾਲ ਆਪਣੇ ਭਾਪੇ ਨੂੰ ਲੈ ਜਾ ਆਹ ਚਾਰ ਬੰਦੇ ਇਕੱਠੇ ਕਰੋ ਅੱਜ ਮਾਏ ਦੱਸਦੀ ਪੰਚਾਇਤ ਲੱਗੂਗੀ ਅੱਜ ਆਹੋ ਇਹ ਜਿਹੜੀ ਭੂਏ ਚੜੀ ਇਹਨੂੰ ਮਾਏ ਦੱਸਦੀ ਜੇ ਰੱਖ ਜਦੋਂ ਮੈਂ ਕਿਤੇ ਇੱਧਰ ਉੱਧਰ ਹੁੰਦੀ ਉਹਦਾ ਹੀ ਕੂੜਾ ਸੁੱਟ ਕੇ ਤੇ ਭੱਜ ਜਾਂਦੀ ਆਹੋ ਇਹ ਮੇਰਾ ਬੂਹਾ ਹੀ ਲੱਭਦਾ ਕਿ ਕੂੜਾ ਸੁੱਟਣ ਨੂੰ ਵੇਖ ਕਿੱਡਾ ਢੇਰ ਲਾਇਆ ਕਿਤੇ ਐਹ ਮੇਰੇ ਪ੍ਰਾਹੁਣੇ ਆਉਣੇ ਬਾਹਰ ਆ ਪਿਛਲੀ ਵਾਰ ਵੀ ਆਏ ਤੇ ਉਹਨਾਂ ਦੇ ਨਿਆਣੇ ਕੋਲ ਕਹੀ ਜਾਣ ਇੱਦਾਂ ਹੀ ਢੇਰ ਲੱਗਾ ਤੇ ਨਿਆਣੇ ਕਹੀ ਜਾਣ ਮਾਊਂਟਨ ਮਾਊਂਟਨ ਹੈ ਮਹਾਂ ਹੈ ਮਾਊਂਟਨ ਮਾਊਂਟਨ ਕੀ ਕਰੀ ਜਾਂਦੇ ਐਹ ਤੇ ਉਹ ਕਹਿੰਦੇ ਹੈ ਜਿਹੜੇ ਪਹਾੜ ਹੁੰਦੇ ਵੱਡੇ ਵੱਡੇ ਉਹਨਾਂ ਨੂੰ ਮਾਊਂਟਨ ਮਾਊਂਟਨ ਕਹਿੰਦੇ ਮਹਾਂ ਮਰ ਜਾ ਮਾਊਂਟਨ ਨਹੀਂ ਆਇਆ ਮਹਾਂ ਮੈਂ ਰੂੜੀ ਜੇ ਐਹ ਰੂੜੀ ਦਾ ਮਾਊਂਟਨ ਜੇ ਐਹ ਤੇ ਉਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਐਹ ਤੇ ਹੁਣ ਫਿਰ ਆਉਣਗੇ ਵਿਚਾਰੇ ਤੇ ਮਹਾਂ ਇਹਨੂੰ ਮੈਂ ਚੁਕਾਵਾਂ ਹੈ ਆਹ ਵੇਖ ਕਿੱਡਾ ਢੇਰ ਲਾਇਆ ਆਹ ਭੂਏ ਚੜੀ ਸਗੋਂ ਪਤਾ ਨਹੀਂ ਕੀ ਵੈਰ ਇਹਦਾ ਮੇਰੇ ਨਾਲ ਹੀ ਵੈਰ ਕਰਦੀ ਸਾੜੇ ਕਰਦੀ ਆਹ ਹੁਣ ਬੁਲਾਓ ਛੇਤੀ ਜਾਓ ਛੇਤੀ ਇਹਨਾਂ ਕੋਲ ਛੇਤੀ ਆ ਜ਼ਰੂਰੀ ਕੰਮ ਆ ਆਹ ਸਰਪੰਚ ਵੀ ਕਿਹੜਾ ਹਿਲਦਾ ਵੋਟਾਂ ਦੇ ਵੇਲੇ ਤੇ ਆ ਜਾਂਦੇ ਘਰ ਕਿੰਨੀ ਕਿੰਨੇ ਵਿਹਲਾ ਲਾਉਂਦੇ ਦੰਦੀਆਂ ਕੱਢਦੇ ਆਉਂਦੇ ਚੱਕਰ ਲਾਉਂਦੇ ਤੇ ਹੁਣ ਵੇਖ ਕਿੰਨੀ ਵਾਰ ਗਏ ਵੇਖਲਾ ਉਹਦੇ ਆਉਂਦਾ ਨਹੀਂ ਕਹਿੰਦਾ ਆਪੇ ਨਜਿੱਠੋ ਆਪੇ ਨਜਿੱਠੋ ਆਹ ਉੱਦਾਂ ਤੇ ਆਪੇ ਤੁਰੇ ਹੁੰਦੇ ਹਿੜ ਹਿੜ ਕਰਦੇ ਛੇਤੀ ਜਾਂ ਛੇਤੀ ਇਹਨਾਂ ਲੈ ਕੇ ਹੀ ਆਉਣਾ ਅੱਜ ਆਹ ਪਤਾ ਨਹੀਂ ਕਿੰਨਾ ਕੁ ਜ਼ਰੂਰੀ ਕੰਮ ਹੁੰਦਾ ਜੇ ਜਦੋਂ ਵੇਖੋ ਘਰ ਨਹੀਂ ਕਿਤੇ ਕਿਤੇ ਬੜੇ ਕਿਤੇ ਲੱਗੇ ਹੋ ਮਾਏ ਕਰਨੀ ਕਿਤੇ ਮੰਤਰੀ ਕਿਤੇ ਡੀਸੀ ਲੱਗੇ ਆਹ ਜਿੱਦਾਂ ਜਿੱਦਾਂ ਹੁਣ ਕੰਮ ਦੀ ਲੋੜ ਪੈਂਦੀ ਫਿਰ ਕੁੜੇ ਘਰੇ ਨਹੀਂ ਮਿਲਦੇ ਅੱਜ ਲੈ ਕੇ ਹੀ ਆਇਓ ਜੋ ਮਰਜ਼ੀ ਹੋਵੇ ਘਰੇ ਬੈਠੇ ਹੋਏ ਤੇ ਇਹਦਾ ਮੈਂ ਕੰਮ ਨਿਬੇੜਾ ਆ ਜਾਏ ਭੂਏ ਚੜੀ ਜੜੀ ਢੇਰ ਲਾਇਆ ਕਿੱਦਾਂ ਚੰਗਾ ਲੱਗਦਾ ਭੂਏ ਦਾ ਗਾੜੀ ਹੈ ਸਾਫ਼ ਸਫਾਈ ਰੱਖਣ 'ਚ ਸਾਰੇ ਲੋਕ ਤਾਂ ਕੀ ਗੱਲ ਹੈ ਫਿਰ ਗੰਦ ਕਿੱਥੋਂ ਪਵੇ ਹੈ